ਪੰਜਾਬੀ ਗਾਇਕੀ ਦੇ ਖੇਤਰ 'ਚ ਮਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ ਗਾਏ ਤੇ ਫਿਲਮਾਏ ਗਏ ਪਰ ਬਹੁਤ ਘੱਟ ਗਾਏ ਤੇ ਗੀਤਕਾਰ ਨੇ ਜਿਨ੍ਹਾਂ ਨੇ ਸੱਚ ਲਿਖਣ ਤੇ ਗਾਉਣ ਦਾ ਜੇਰਾ ਕੀਤਾ ਇਹਨਾਂ ਵਿੱਚ ਇੱਕ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨੋ ਵਸਦਾ ਗਾਇਕ ਗੀਤਕਾਰ ਤੇ ਸੰਗੀਤਕਾਰ ਪੱਪੀ ਪਦੌੜ ਹੈ ਜਿਸ ਨੇ ਸਿੱਖੀ ਦੇ ਭੇਸ 'ਚ ਨਕਲੀ ਸਿੱਖਾਂ ਦੇ ਕਿਰਦਾਰ ਨੂੰ ਪ੍ਰਗਟਾਉਂਦਾ ਆਪਣਾ ਲਿਖਿਆ ਗੀਤ ਖਤਰਾ ਸਿੱਖੀ ਨੂੰ ਗਾਇਕੀ ਦੇ ਖੇਤਰ ਵਿੱਚ ਸ਼ਾਮਿਲ ਕੀਤਾ ਹੈ ਆਓ ਨਜ਼ਰ ਮਾਰਦੇ ਹਾਂ ਨੀਟਾ ਮਾਛੀਕੇ ਤੇ ਕੁਲਵੰਤ ਉਬੀ ਤਾਲੀਆਂ ਦੀ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਖਾਸ ਰਿਪੋਰਟ ਤੇ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨੋ 'ਚ ਤਾਲੀਆਂ ਐਂਡ ਮਾਛੀਕੇ ਮੀਡੀਆ ਅਮਰੀਕਾ ਵੱਲੋਂ ਉੱਗੇ ਬਿਜ਼ਨਸਮੈਨ ਮਿੰਟੂ ਉਪਲੀ ਦੇ ਸਹਿਯੋਗ ਨਾਲ ਪੱਪੀ ਪਦੌੜ ਦੇ ਗੀਤ ਖਤਰਾ ਸਿੱਖੀ ਨੂੰ ਦਾ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ 'ਚ ਰਿਲੀਜ਼ ਪ੍ਰੋਗਰਾਮ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਪੱਪੀ ਪਦੌੜ ਦੇ ਸੰਗੀਤਕ ਸਫ਼ਰ ਦੀ ਸਾਂਝ ਪਾਉਂਦੇ ਹੋਏ ਕੀਤੀ ਇਸ ਉਪਰੰਤ ਪ੍ਰਮੁੱਖ ਬੁਲਾਰਿਆਂ ਵਿੱਚ ਸੰਤੋਖ ਮਿਨਹਾਸ ਅਵਤਾਰ ਗੋਦਾਰਾ ਸੁਜੀਤ ਜੰਡੂ ਰਣਜੀਤ ਗਿੱਲ ਕੁਲਵੰਤ ਤਾਲੀਆਂ ਆਦਿ ਨੇ ਹਾਜ਼ਰੀ ਭਰੀ ਜਦਕਿ ਗਾਇਕ ਕਲਾਕਾਰਾਂ 'ਚ ਗਾਇਕ ਪੱਪੀ ਪਦੌੜ ਤੋਂ ਇਲਾਵਾ ਅਵਤਾਰ ਗਰੇਵਾਲ ਕੋਕੀ ਸੰਧੂ ਤੇ ਬਹਾਦਰ ਸਿੱਧੂ ਆਦਿ ਨੇ ਹਾਜ਼ਰੀ ਭਰੀ ਇਸ ਸਮੇਂ ਗੀਤ ਰਿਲੀਜ਼ ਕਰਨ ਉਪਰੰਤ ਇੱਕ ਸ਼ਾਨਦਾਰ ਮਹਿਫਿਲ ਦਾ ਆਗਾਜ਼ ਕੀਤਾ ਗਿਆ ਜਿੱਥੇ ਪੱਪੀ ਪਦੌੜ ਅਤੇ ਹੋਰ ਹਾਜ਼ਰੀਨ ਗਾਇਕਾਂ ਨੇ ਹਾਜ਼ਰੀਨ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਿਆ ਅੰਤ ਚੰਗੀ ਮਿਆਰੀ ਗਾਇਕੀ ਨੂੰ ਸਿੱਜਦਾ ਕਰਦਾ ਇਹ ਪ੍ਰੋਗਰਾਮ ਰਾਤਰੀ ਦੇ ਖਾਣੇ ਨਾਲ ਯਾਦਗਾਰੀ ਹੋ ਨਿਬੜਿਆ ਅੱਜ ਪੱਪੀ ਪਦੌੜ ਜੀ ਦਾ ਗਾਣਾ ਰਿਲੀਜ਼ ਹੋਇਆ ਖਤਰਾ ਸਿੱਖੀ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਉਹ ਗਾਣਾ ਸੁਣਨਾ ਚਾਹੀਦਾ ਹੈ ਜੋ ਇਸ ਵਕਤ ਹਾਲਾਤ ਚੱਲ ਰਹੇ ਨੇ ਜਾਂ ਅਸੀਂ ਪਿੱਛੇ ਹਾਲਾਤਾਂ ਨੂੰ ਉਹਨੂੰ ਫੇਸ ਕੀਤਾ ਵੇਖਿਆ ਹੈ ਉਹ ਗੀਤ ਦੇ ਵਿੱਚ ਇਹਨਾਂ ਨੇ ਵਰਣਨ ਕੀਤਾ ਹੈ ਵੀਡੀਓ ਬਹੁਤ ਸੋਹਣੀ ਬਣੀ ਹੈ ਅਤੇ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਇੱਕ ਵਾਰ ਇਹ ਗਾਣਾ ਜ਼ਰੂਰ ਸੁਣਿਓ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਏਗਾ ਪੰਜਾਬੀ ਸੰਗੀਤ ਦਾ ਵੱਡਾ ਨਾਮ ਪੱਪੀ ਪਦੌੜ ਜਿਹੜਾ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਆਪਣੇ ਸੰਗੀਤ ਦੁਆਰਾ ਆਪਣੀ ਗੀਤਕਾਰੀ ਦੁਆਰਾ ਆਪਣੀ ਗਾਇਕੀ ਦੁਆਰਾ ਸੇਵਾ ਕਰਦਾ ਆ ਰਿਹਾ ਉਹਨਾਂ ਦਾ ਬਹੁਤ ਹੀ ਖੂਬਸੂਰਤ ਗੀਤ ਖਤਰਾ ਸਿੱਖੀ ਨੂੰ ਅੱਜ ਫ੍ਰਿਜ਼ਨੋ ਵਿਖੇ ਰਿਲੀਜ਼ ਕੀਤਾ ਗਿਆ ਅਤੇ ਇਸ ਮੌਕੇ ਦੇ ਉੱਤੇ ਫ੍ਰਿਜ਼ਨੋ ਦੀਆਂ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸੀ ਜਿਨ੍ਹਾਂ ਨੇ ਪੱਪੀ ਨੂੰ ਵਧਾਈ ਦਿੱਤੀ ਅਤੇ ਇਹਦੇ ਨਾਲ ਦੇ ਨਾਲ ਅੱਜ ਰੰਗੀਨ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ ਜਿੱਥੇ ਸਾਡੇ ਬਾਈ ਗੋਗੀ ਸੰਧੂ ਹੋਰਾਂ ਨੇ ਬਾਈ ਅਵਤਾਰ ਗਰੇਵਾਲ ਨੇ ਪੱਪੀ ਪਦੌੜ ਹੋਰਾਂ ਨੇ ਬਾਈ ਮੀਕੇ ਨੇ ਖਾਸ ਤੌਰ 'ਤੇ ਅਤੇ ਸ਼ੋਕੀ ਢੋਲੀ ਹੋਰਾਂ ਨੇ ਪਹੁੰਚ ਕੇ ਇਸ ਮਹਿਫਲ ਨੂੰ ਚਾਰ ਚੰਨ ਲਾਏ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਬਾਈ ਸਾਡੇ ਮਿੰਟੂ ਉਪਲੀ ਹੋਰਾਂ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਅਤੇ ਮਾਛੀਕੇ ਐਂਡ ਧਾਲੀਆ ਮੀਡੀਆ ਗਰੁੱਪ ਵੱਲੋਂ ਅੱਜ ਦਾ ਇਹ ਜਿਹੜਾ ਗੀਤ ਹੈਗਾ ਅਸੀਂ ਰਿਲੀਜ਼ ਕੀਤਾ ਅਤੇ ਅਸੀਂ ਬਾਈ ਪੱਪੀ ਪਦੌੜ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਕਹਿੰਦਾ ਚੱਕ ਕਲਮ ਅਤੇ ਵਾਹ ਇਹਨੂੰ ਸੱਚ ਵੱਲੇ ਚੱਕ ਕਲਮ ਅਤੇ ਵਾਹ ਇਹਨੂੰ ਸੱਚ ਵੱਲੇ ਨਹੀਂ ਤਾਂ ਕਲਮ ਚਲਾਉਣ ਦਾ ਕੀ ਫਾਇਦਾ ਨਹੀਂ ਤਾਂ ਕਲਮ ਚਲਾਉਣ ਦਾ ਕੀ ਫਾਇਦਾ ਜੇ ਦਿੱਤਾ ਦਰਦ ਦੇ ਜਜ਼ਬਾਤ ਨੂੰ ਇਨਸਾਫ ਨਹੀਂ ਜੇ ਦਿੱਤਾ ਦਰਦ ਦੇ ਜਜ਼ਬਾਤ ਨੂੰ ਇਨਸਾਫ ਨਹੀਂ ਉਹ ਤੈਨੂੰ ਸ਼ਾਇਰ ਕਹਾਉਣ ਦਾ ਕੀ ਫਾਇਦਾ ਕੀ ਫਾਇਦਾ ਵਗਣਾ ਵਗ ਤਾਂ ਉਹ ਵਗ ਤੂਫਾਨ ਬਣ ਕੇ ਵਗਣਾ ਵਗ ਤਾਂ ਵਗ ਤੂਫਾਨ ਬਣ ਕੇ ਵਾਂਗ ਬੁੱਲੇ ਦੇ ਆਉਣ ਦਾ ਕੀ ਫਾਇਦਾ ਜੰਮਿਆ ਮਰਦ ਹੈ ਤਾਂ ਜਿਉਂ ਵੀ ਮਰਦ ਬਣ ਕੇ ਜੰਮਿਆ ਮਰਦ ਹੈ ਤਾਂ ਜਿਉਂ ਵੀ ਮਰਦ ਬਣ ਕੇ ਉਹ ਐਵੇਂ ਜ਼ਿੰਦਗੀ ਬਿਤਾਉਣ ਦਾ ਕੀ ਫਾਇਦਾ ਸੋਹਣੀ ਦਾ ਹੌਸਲਾ ਵੇਖੋ ਚਨਾ ਵਿੱਚ ਡੁੱਬਦਿਆ ਬੋਲੀ ਸੋਹਣੀ ਦਾ ਹੌਸਲਾ ਵੇਖੋ ਚਨਾ ਵਿੱਚ ਡੁੱਬਦਿਆ ਬੋਲੀ ਘੜੇ ਦਾ ਦੋਸ਼ ਵੀ ਕੀ ਹੈ ਕੱਚੇ ਤਾਂ ਖੁਰ ਹੀ ਜਾਂਦੇ ਨੇ ਬੜੇ ਮਸੂਮ ਨੇ ਸਾਜਣ ਸ਼ਰਾਰਤ ਕਰ ਵੀ ਜਾਂਦੇ ਨੇ ਜਦੋਂ ਕਿਸੇ ਕਲਾਕਾਰ ਦੇ ਨਾਲ ਦਹਾਕਾ ਲੱਗ ਜਾਵੇ ਉਦੋਂ ਬਾਅਦ ਫਿਰ ਕਈ ਦਹਾਕਿਆਂ ਵੱਲ ਚਲਿਆ ਜਾਂਦਾ ਹੈ ਕਿਉਂਕਿ ਆਪਣੇ ਆਪ ਉਹਦੀ ਮਸ਼ਹੂਰੀ ਹੋਣੀ ਚਲੀ ਜਾਂਦੀ ਹੈ ਇਵੇਂ ਜੇਕਰ ਮੇਰਾ ਵੀਰ ਪੱਪੀ ਕਈ ਦਹਾਕੇ 3 ਦਹਾਕੇ ਭਾਵੇਂ ਅਸੀਂ ਇੱਥੇ ਪਹਿਲੀ ਵਾਰ ਮਿਲੇ ਹਾਂ ਪਰ ਜਦੋਂ ਸਾਈਕਲਾਂ ਦੇ ਉੱਤੇ ਇੱਕ ਦੂਜੇ ਪਿੰਡ ਜਾਈਦਾ ਸੀ ਅਸੀਂ ਇਕੱਠੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਅਤੇ ਮੈਨੂੰ ਬੜੀ ਖੁਸ਼ੀ ਆਉਂਦੀ ਹੈ ਵੀ ਇੱਕ ਪ੍ਰੋਗਰਾਮ 'ਤੇ ਅਸੀਂ ਮਾੜਾ ਜਿਹਾ 5 ਮਿੰਟ ਲਈ ਇਕੱਠੇ ਹੋਏ ਅਤੇ ਇਹਨੂੰ ਯਾਦ ਆਈ ਪੁਰਾਣੀ ਵੀ ਮੈਂ ਵੀ ਮਾੜਾ ਮੋਟਾ ਵਾਧਾ ਘਾਟਾ ਜਿਹਾ ਕਰ ਲੈਂਦਾ ਜਿਹੜਾ ਸਰੂਰਾ ਕਰਨ ਵਾਲੀ ਗੱਲ ਹੈ ਭਾਵੇਂ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਪਰ ਉਹੋ ਜਿਹੇ ਲਫ਼ਜ਼ ਤਾਂ ਨਹੀਂ ਪਰ ਥੋੜ੍ਹੇ ਬਹੁਤੇ ਜ਼ਰੂਰ ਕਰ ਲੈਂਦੇ ਗਲਤੀ ਗਾਨੀ ਪਿਆਰੇ ਨਿਸ਼ਾਨੀ ਤੂੰ ਚੇਤੇ ਕਰਦੀ ਹੋਵੇਗੀ ਨੀ ਜਦੋਂ ਯਾਦ ਆਉਂਦੀ ਹੋਊ ਓ ਯਾਦ ਆਉਂਦੀ ਹੋਊ ਮੇਰੀ ਆਉ ਕੇ ਭਰਦੀ ਹੋਵੇਗੀ
याद आउंदी हो ऐनियां दी याद आउंदी हो शमी दारू बन जा डुगिया यादा दारू जद मैं पीवा शमी दारू बन जा डुगिया यादा दारू सारी लै जाती आ तड़के पैंदे यार काल जा फड़के तू भी मेरिया गल विच आइए ना मेरी दा कदे भी कोई बसा खाइए ना मिट्टिया दी कदे गल विच आइए ना बैरी दा कदे भी कोई बसा खाइए ना पता नहीं केड़े बेड़े करे बार पई करमा नाल मिलते ने सच्चे यार पई नसीबा नाल मिलते ने सुन यार पई भाका नाल मिलते ने चंगे यार पई कोशिश करूंगा मैं और जिद्दे किते मेरे मेरी कलम दे विच मैं आम ही कहना हुंना सुनते हैं असी लिखना तां आउंदा नहीं वर्के दे कलम दे सन दे कोई अखर मेरे च भी लगता मैं वह भी नहीं छड़दा और जो मैं गीत लिखदा मैं सारे नूं पहला बाई है मेरा नीटा सुना दे नाल भी चंगा लगता यार चंगे शब्द पढ़ाई का तो कोई अंत ही नहीं एक्चुअली विद्या उही है जिहड़ी आपदे उस्तादां तों गुरुआं तों मास्टर जी साढ़े पिता समान बैठे आ डॉक्टर सिमरा जी सीखते हैं असी सारी उम्र सीखता रहा बंदा यह जरूरी नहीं भी जेडे सिख आल कशहर वाले आ धोतियां वाले भी बहुत वो टिके ला ला के बढ़ी तुरे होंगे लोगों महसूस की जी मैं गल उ की लिखता भी उही आम नैचुरली गल आने वाले समय से जो कुछ परमात्मा ने बख्शिया थोड़ा भरावान का प्यार होया तो थोड़े शब्द झोली के पाँगा रहूँगा होर मेरे नाल सारे सियाने और एक एक कदम सच्ची मिची मैं दिलों एक गल होर आता मैं कुछ नहीं जदों भी कितने सारी मेरी फ्रिजनों के लोग कित कम्यूनिटी का कोई भी काम हो जिन्ना क मैं कर सकता म्यूजिक का मेरे वालों शहीदा का कोई होई अपनी कम्यूनिटी का कोई भी प्रोग्राम हो मेरा म्यूजिक फ्री होगा जिंदगी भर लाइफ टाइम बस कदे मैं आवाज मार लो बस जिथे सेवा जना पिया होवे अंदरों भी सिख जागना चाहिए सिख हमेशा सिखदा गा पर सीखते सीखते असी तो सीख लें पर जो सू सिखाने वाले कौम के मोहतबर बने हुए वो बहुत बड़िया गलतियां कर जाते हैं उन्होंने गलतियां असं डरते चितारते नहीं या करते नहीं पप्पी ने जिगरा करके उन्होंने गलतियों चितारन की कोशिश की है तो उन्हें ही गलतियां असं रूप दे वीडियो के रूप के गीत के रूप में लैके आता ता कि समझ सकी यह गलतियां ना करिए बहुत ही प्यारा दोस्त है साडा बहुत सोहना लगता है तो खतरा सिखी नूं जदों इन्होंने मैनू गाना मेरे को रिकॉर्ड किया इन्होंने वोकल तो मैं इन्हों कहा मैं क्या भी तो जो तू गाना लिखिया जो तू सोचा उदो खतरा सिखी नूं तेरे दिमाग च घूमता सी रिलीज़ करन तो बाद कितें सानू ये ना कहना पैजे हुण खतरा पप्पी नूं ते पर जे कोई प्रॉब्लम आउंदी है असीं तेरे नाल खड़े हाँ पर जिहड़ा भी बंदा इस गाने नूं सुणूगा इन्ना क ध्यान रखे बई नकली सिखां तों सिखी नूं कहा गया है ना कि सिखां तों सिखी नूं नकली सिख किहड़े ने हुण कोई भुलिया नहीं हैगा हुण सारयां नूं पता है की हुंदा जिहड़ा ने कि नीलियां फिल्मां बंद कमरे दे विच बणाउंदे ने वो सब ने देखी है जे किसे ने नहीं देखी तो यूट्यूब ते जाके कढ लिओ सोचा सिंह लगा दी धर्म जिहड़ियां वधिया गल्लां नूं लै के चलाया जांदा जां शुरू हुंदा हौली हौली जिहड़े भारू धड़े आ जां मतलब सत्ता सत्ता जिन्हां दे हत्थ च हुंदी आ उहनूं हौली हौली आपदे कब्जे च कर लैंदे आ सिखी जिहड़ी हैगी है किरती ते किरत दे जिहड़ी कलम मुक्ति दे नाल नूं लैके शुरू होई सी पर हुण मतलब आपां जिवें इन्हां ने गीत दे विच वी दिखाया भी वो उस तरह दीआं जिहड़ियां धिरां इस ते काबज़ हो गईआं मैनूं इह लगदा भी जिहड़े सिखी दे सच्चे दिलों खैर ख्वाह उहनां भी थोड़ा जिहा मैनूं लगदा कसूर बणदा गीत मार्केट दे विच आया ये सबना ने जिन्ना मैंने कोशिश की है मदद की है उन्होंने सारे का बहुत बहुत धन्यवाद पप्पी भदौड़ बारे इन्ना है कि मैं इतने आके पता लगे भी भदौड़ तो है तो भदौड़ नाल साड़ी काफ़ी सांझ रही है मैं जो मैगजीन कढ़ता सी जफर तो उत्थे असी सहज सभा भदौड़ बहुत कम करती सी
ਕਿਸ਼ਨ ਜੀ ਹੁੰਦੇ ਸੀਗੇ ਉਹ ਸਹਿ ਸਭਾਵਾਂ ਉੱਥੇ ਇਕੱਠੀਆਂ ਹੁੰਦੀਆਂ ਸੀ ਅਤੇ ਅਸੀਂ ਉੱਥੇ ਬਹੁਤ ਵੱਡਾ ਫੰਕਸ਼ਨ ਕਰਦੇ ਇੱਕ ਦੋ ਵਾਰਾ ਕਰਵਾਏ ਉੱਥੇ ਰਾਤ ਦਿਨ ਬੜੇ ਪ੍ਰਗਤੀਵਾਦੀ ਇਹ ਲੋਕ ਨੇ ਬਰਨਾਲਾ ਅਤੇ ਭਦੌੜ ਇਹਨਾਂ ਦੀ ਸੋਚ ਜਿਹੜੀ ਹੈਗੀ ਹੈ ਉਸ ਵੇਲੇ ਵੀ ਪਤਾ ਲੱਗ ਜਾਂਦਾ ਜਦੋਂ ਇਹਨਾਂ ਦੀ ਲਿਖਤ ਹੁੰਦੀ ਹੈ ਜਾਂ ਫੰਕਸ਼ਨ ਕਰਵਾਉਂਦੇ ਰਹੇ ਜਿਵੇਂ ਗੁਰਸ਼ਰਨ ਦਾ ਆਉਣਾ ਆਪਣਾ ਪ੍ਰੀਤਮ ਸਿੰਘ ਰਾਹੀ ਜੋਗਿੰਦਰ ਨਿਰਾਲਾ ਹੋਰ ਵੱਡੇ ਵੱਡੇ ਲੇਖਕ ਉੱਥੇ ਧਰਤੀ 'ਤੇ ਪਹੁੰਚਦੇ ਰਹੇ ਆ ਮੇਰੇ ਮਿੱਤਰ ਭੁਪਿੰਦਰ ਕਵੀ ਸਾਡੇ ਸ਼ਹਿਰ ਨੇ ਕਾਫੀ ਲੰਮਾ ਸਮਾਂ ਭਦੌੜ ਰਹੇ ਅੱਜ ਕੱਲ੍ਹ ਜਗਰਾਉਂ ਨੇ ਉਹ ਤਾਂ ਜਗਰਾਤ ਧੌਲਾ ਨੂੰ ਵੀ ਮੈਂ ਉੱਥੇ ਭਦੌੜ ਹੀ ਮਿਲਿਆ ਸੀਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਕ ਵਾਰੀ ਅਸੀਂ ਨਿੱਕੀ ਜੀ ਐਂ ਕਹਿੰਦੇ ਹਾਂ ਅੱਜ ਜਿਹੜੇ ਖਾਸ ਮਕਸਦ ਵਾਸਤੇ ਆਪਾਂ ਇਕੱਤਰ ਹੋਏ ਹਾਂ ਪੱਪੀ ਭਦੌੜ ਜਿਹਨੂੰ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਫਰਿਜਨੋ ਦੇ ਵਿੱਚ ਐਜ਼ ਏ ਮਜੀਸ਼ੀਅਨ ਐਜ਼ ਏ ਗੀਤਕਾਰ ਵੇਖਦੇ ਆ ਰਹੇ ਹੈਗੇ ਹੋ ਅਤੇ ਬੜੀ ਤਮੰਨਾ ਸੀ ਵੀ ਆਪਦੀ ਆਵਾਜ਼ ਦੇ ਵਿੱਚ ਗੀਤ ਵੀ ਰਿਕਾਰਡ ਕਰਵਾਵੇ ਬਲਵੀਰ ਮਾਨ ਹੋਰਾਂ ਨੇ ਮੇਜਰ ਰਾਜਸਥਾਨੀ ਉਹਨਾਂ ਨੇ ਇਹਨਾਂ ਦੇ ਬਹੁਤ ਸਾਰੇ ਗੀਤ ਗਾਏ ਆ ਇੱਕ ਇਹਦਾ ਗੀਤ ਬੜਾ ਮਸ਼ਹੂਰ ਹੋਇਆ ਸੀ ਦਿਨੇ ਚੈਨ ਨਾ ਪੈਂਦੀ ਰਾਤੀ ਨੀਂਦ ਨਾ ਆਉਂਦੀ ਵੀ ਆਹ ਮੇਰਾ ਦਿਲ ਵਰ ਯਾਰਾ ਤੇਰੀ ਯਾਦ ਸਤਾਉਂਦੀ ਵੀ ਜਿਹੜਾ ਮੇਜਰ ਰਾਜਸਥਾਨੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀ ਅਤੇ ਉਸ ਤੋਂ ਉਪਰੰਤ ਇਹਨਾਂ ਦੇ ਹੋਰ ਵੀ ਕਾਫੀ ਸਾਰੇ ਗੀਤ ਜਿਵੇਂ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਵਾਇਰਲ ਹੋਏ ਪਰ ਪ੍ਰੋਫੈਸ਼ਨਲ ਤੌਰ 'ਤੇ ਜੇ ਆਪਾਂ ਕਹੀਏ ਰਿਕਾਰਡਿੰਗ ਇਹਨਾਂ ਦੀ ਨਹੀਂ ਹੋ ਸਕੀ ਅਤੇ ਸਾਡੀ ਵੀ ਦਿਲੀ ਤਮੰਨਾ ਸੀ ਵੀ ਪੱਪੀ ਇੰਨੇ ਚਿਰ ਤੋਂ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜਿਆ ਆ ਰਿਹਾ ਹੈਗਾ ਅਤੇ ਇਹਦੇ ਵਿੱਚ ਟੈਲੈਂਟ ਵੀ ਹੈਗਾ ਐਡਾ ਵਧੀਆ ਗੀਤਕਾਰ ਆ ਜੇ ਇੱਥੇ ਬੈਠੇ ਨੂੰ ਕੋਈ ਵਿਸ਼ਾ ਦੇ ਦੇਈਏ ਵੀ ਇਸ ਵਿਸ਼ੇ ਦੇ ਉੱਤੇ ਦੋ ਚਾਰ ਸਾਨੂੰ ਸ਼ਬਦ ਲਿਖ ਕੇ ਦੇ ਤਾਂ ਮਿੰਟ ਦੇ ਵਿੱਚ ਲਪੇਟ ਕੇ ਤੁਹਾਡੇ ਹੱਥ ਦੇ ਵਿੱਚ ਫੜਾ ਦਿੰਦਾ ਹੈਗਾ ਇਸੇ ਤਰੀਕੇ ਦੇ ਨਾਲ ਮਜੀਸ਼ੀਅਨ ਦੇਖੋ ਚਾਹੇ ਇੱਥੇ ਮੁਹੰਮਦ ਸਦੀਕ ਆਵੇ ਚਾਹੇ ਕੁਲਦੀਪ ਮਾਣਕ ਆਇਆ ਹੋਵੇ ਚਾਹੇ ਸੁਰਿੰਦਰ ਸ਼ਿੰਦਾ ਆਇਆ ਹੋਵੇ ਚਾਹੇ ਕੋਈ ਵੀ ਤਕੜਾ ਕਲਾਕਾਰ ਇੱਥੇ ਆਇਆ ਹੋਵੇ ਪੱਪੀ ਦੀ ਸਟੇਜ ਦੇ ਉੱਤੇ ਜਿਹੜੀ ਮੌਜੂਦਗੀ ਆ ਉਹ ਜ਼ਰੂਰੀ ਆ ਕਿਉਂਕਿ ਇਹਦੀ ਮਿਊਜ਼ਿਕ ਤੋਂ ਬਿਨਾਂ ਮਿਊਜ਼ਿਕ ਅਧੂਰਾ ਬਾਕੀ ਜੀ ਐੱਚ ਜੀ ਸੰਗੀਤ ਐਂਡ ਡਾਂਸ ਐਂਡ ਸੰਗੀਤ ਅਕੈਡਮੀ ਦੇ ਮੈਂਬਰ ਵੀ ਸਾਡੇ ਵਿਚਕਾਰ ਪਹੁੰਚੇ ਆ ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦੇ ਜੇ ਅਮੈਰੀਕਾ ਦੇ ਵਿੱਚ ਕੈਲੀਫੋਰਨੀਆ ਦੀ ਗੱਲ ਕਰੀਏ ਅਤੇ ਇਸ ਦੇ ਨਾਲ ਨਾਲ ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਪੱਪੀ ਭਦੌੜ ਇੱਕ ਅਜਿਹਾ ਨਾਮ ਆਉਂਦਾ ਜੀ ਜੋ ਨਿਤਾੜਕ ਗਾਇਕੀ ਵੱਲ ਅਤੇ ਗੀਤਕਾਰੀ ਵੱਲ ਹੋ ਨਿਬੜਿਆ ਅਤੇ ਇੱਕ ਬਹੁਤ ਵਧੀਆ ਗੀਤ ਜਸਦਾ ਚਾਲੀਜ ਮਿੰਟੂ ਉਪਲੀ ਦੇ ਸ਼ਬਦ ਦੇ ਵਿੱਚ ਕੀਤਾ ਗਿਆ ਅਤੇ ਇਹ ਗੀਤ ਬਹੁਤ ਸੁਣਯੋਗ ਆ ਅਤੇ ਮੈਂ ਨਿਤੜਕ ਤੌਰ 'ਤੇ ਕਹਿਣਾ ਕਿ ਗੀਤ ਕਿਸੇ ਤਰ੍ਹਾਂ ਦੇ ਨਾਲ ਵੀ ਆਲੋਚਨਾ ਦੇ ਦਾਇਕ ਨਹੀਂ ਕਿਉਂਕਿ ਸੱਚੀ ਗੱਲ ਕਹਿਣ ਲਈ ਪੱਪੀ ਭਦੌੜ ਨੇ ਬਹੁਤ ਵਧੀਆ ਜਿਗਰਾ ਕੀਤਾ ਉਮੀਦ ਕਰਦਾ ਕਿ ਇਹੋ ਜਿਹੇ ਹੋਰ ਬਹੁਤ ਸਾਰੇ ਗੀਤ ਗੀਤਕਾਰੀ ਦੇ ਵਿੱਚ ਅੱਗੇ ਆਉਣਗੇ ਅਤੇ ਸੱਚ ਕਹਿਣ ਲਈ ਆਪਣੇ ਆਪ ਨੂੰ ਪੇਸ਼ ਕਰਨਗੇ ਫਰਿਜਨੋ ਤੋਂ ਮੈਂ ਕੁਲਵੰਤ ਉੱਬੀ ਤਾੜੀਆਂ ਆਪਣੇ ਸਾਥੀ ਨੀਟਾ ਮਾਛੀ ਕਿਤੇ ਕੈਮਰਾ ਕਰਾਜ ਉੱਬੀ ਦੇ ਨਾਲ